प्यारे दोस्तों एक बहुत ही बड़ी खबर सामने आ रही है कैप्टन अमरेंद्र सिंह जी द्वारा जो आज कोविड-19 ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਰਿਵਿਊ ਮੀਟਿੰਗ ਲਈ ਗਈ ਸੀ ਉਸ ਰਿਵਿਊ ਮੀਟਿੰਗ ਦੇ ਵਿੱਚ ਬਹੁਤ ਹੀ ਅਹਿਮ ਫੈਸਲੇ ਲਏ ਗਏ ਹਨ ਜੇਕਰ ਯੋਗ ਹੈ ਕਿ ਦਿੱਲੀ ਦੇ ਵਿੱਚ ਕਰਫਿਊ ਲੱਗਣ ਤੋਂ ਬਾਅਦ ਅਤੇ ਹੋਰ ਪ੍ਰਦੇਸ਼ਾਂ ਦੇ ਵਿੱਚ ਕਰਫਿਊ ਲੱਗਣ ਤੋਂ ਬਾਅਦ ਇਹ ਮੀਟਿੰਗ ਦੇ ਫੈਸਲੇ ਬਹੁਤ ਅਹਿਮ ਹੋ ਜਾਂਦੇ ਹਨ ਤਾਂ ਆਓ ਦੇਖਦੇ ਹਾਂ ਕਿ ਕੀ ਕੀ ਫੈਸਲੇ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਲਏ ਗਏ ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ ਜੋ ਨਾਈਟ ਕਰਫਿਊ ਸੀ ਉਸ ਦਾ ਸਮਾਂ ਬਦਲ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ ਜੀ ਹਾਂ ਸਮਾਂ ਬਦਲ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ ਇਹ ਸਮਾਂ ਪਹਿਲਾਂ ਰਾਤ 9 ਵਜੇ ਤੋਂ ਸ਼ੁਰੂ ਹੁੰਦਾ ਸੀ ਤਾਂ 1 ਘੰਟਾ ਇਸ ਵਿੱਚ ਕਮੀ ਕੀਤੀ ਗਈ ਹੈ ਇਸ ਦੇ ਨਾਲ ਜੋ ਦੂਜਾ ਅਹਿਮ ਫੈਸਲਾ ਅੱਜ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਜੋ ਰਿਵਿਊ ਮੀਟਿੰਗ ਬਹੁਤ ਹੀ ਹਾਈ ਪੱਧਰ ਦੀ ਰਿਵਿਊ ਮੀਟਿੰਗ ਸੀ ਉਸ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਜੋ ਜਨਤਕ ਇਕੱਠ ਹੁੰਦੇ ਸਨ ਚਾਹੇ ਵਿਆਹ ਦੇ ਰੂਪ ਵਿੱਚ ਚਾਹੇ ਸੰਸਕਾਰ ਦੇ ਰੂਪ ਵਿੱਚ ਉਸ ਵਿੱਚ ਗਿਣਤੀ ਘਟਾ ਕੇ 50 ਤੋਂ 20 ਕਰ ਦਿੱਤੀ ਗਈ ਹੈ ਜਿੱਥੇ ਹੁਣ 20 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਅਸੀਂ ਗੈਦਰਿੰਗ ਜੋ ਨਹੀਂ ਕਰ ਸਕਦੇ ਚਾਹੇ ਵਿਆਹ ਸਮਾਗਮ ਹੈ ਚਾਹੇ ਸੰਸਕਾਰ ਹੈ ਜਾਂ ਕੋਈ ਹੋਰ ਫੰਕਸ਼ਨ ਹੈ ਤਾਂ 20 ਲੋਕਾਂ ਦਾ ਇਕੱਠ ਹੀ ਕਰ ਸਕਦੇ ਹਾਂ ਤੀਜਾ ਜੋ ਅਹਿਮ ਫੈਸਲਾ ਲਿਆ ਗਿਆ ਹੈ ਨੌਜਵਾਨਾਂ ਦੇ ਲਈ ਬਹੁਤ ਅਹਿਮੀਅਤ ਰੱਖਦਾ ਹੈ ਨੌਜਵਾਨਾਂ ਲਈ ਫੈਸਲਾ ਇਹ ਹੈ ਕਿ ਜੋ ਜਿਮ ਹਨ ਅਤੇ ਸਪੋਰਟਸ ਕੰਪਲੈਕਸ ਹਨ ਉਹ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ ਹਨ ਜੀ ਹਾਂ ਜਿਮਾਂ ਅਤੇ ਸਪੋਰਟਸ ਕੰਪਲੈਕਸ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ ਹਨ ਅਤੇ ਇੱਕ ਗੱਲ ਹੋਰ ਜੋ ਰਾਹਤ ਦੇਣ ਵਾਲੀ ਹੈ ਜਿਸ ਬਾਰੇ ਅਸੀਂ ਸਾਰੇ ਸੋਚ ਰਹੇ ਸੀ ਕੋਈ ਵੀ ਵੀਕਐਂਡ ਕਰਫਿਊ ਬਾਰੇ ਜਾਂ ਵੀਕਐਂਡ ਲਾਕਡਾਊਨ ਬਾਰੇ ਇਸ ਮੀਟਿੰਗ ਵਿੱਚ ਫੈਸਲਾ ਨਹੀਂ ਲਿਆ ਗਿਆ ਹਾਂਜੀ ਕੋਈ ਵੀ ਫੈਸਲਾ ਵੀਕਐਂਡ ਕਰਫਿਊ ਬਾਰੇ ਨਹੀਂ ਲਿਆ ਗਿਆ ਅਤੇ ਨਾ ਹੀ ਮੁਕੰਮਲ ਲਾਕਡਾਊਨ ਜਿਵੇਂ ਕਿ ਦਿੱਲੀ ਵਿੱਚ ਲੱਗਿਆ ਹੈ ਉਹੋ ਜਿਹਾ ਫੈਸਲਾ ਪੰਜਾਬ ਵਿੱਚ ਲਾਗੂ ਕੀਤਾ ਹੈ ਕੈਪਟਨ ਮਰਿੰਦਰ ਸਿੰਘ ਨੇ ਸਿਹਤ ਸੁਭਾਵਾਂ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲਿਆ ਹੈ ਤਾਂ ਅੱਜ ਦੀ 브레이ਕਿੰਗ ਨਿਊਜ਼ ਇਹੀ ਹੈ ਕਿ ਜੋ ਤਿੰਨ ਅਹਿਮ ਫੈਸਲੇ ਹਨ ਸਾਨੂੰ ਉਹਨਾਂ ਅਨੁਸਾਰ ਹੀ ਚੱਲਣਾ ਪਵੇਗਾ